ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਦਾਸ ਗ੍ਰੰਥੀ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ ਗੁਰੂ ਪਿਆਰੇ ਸਾਧ ਸੰਗਤ ਜੀ ਕੱਲ ਨਨਕਾਣਾ ਸਾਹਿਬ ਵਿਖੇ ਜੋ ਦੁਖਦਾਈ ਘਟਨਾ ਹੋਈ ਹੈ ਉਸ ਨੂੰ ਲੈ ਕੇ ਪੂਰੀ ਦੁਨੀਆ ਦਾ ਸਿਰਫ ਸਿੱਖ ਹੀ ਦੁਖੀ ਨਹੀਂ ਹੈ ਮੁਸਲਮਾਨ ਵੀਰ ਵੀ ਦੁਖੀ ਨੇ ਹਿੰਦੂ ਵੀਰ ਵੀ ਦੁਖੀ ਨੇ ਕ੍ਰਿਸਚਨ ਵੀਰ ਵੀ ਦੁਖੀ ਨੇ ਤੇ ਗੁਰੂ ਪਿਆਰੇ ਸਾਧ ਸੰਗਤ ਜੀ ਜੋ ਕੱਲ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਪਰ ਉਸ ਜੋ ਕੱਲ ਹੋਇਆ ਉਸ ਦੇ ਵਿੱਚ ਇੰਡੀਵਿਜੂਅਲ ਇੱਕ ਫੈਮਿਲੀ ਹੈ ਇੱਕ ਬੰਦਾ ਹੈ ਜਿਸ ਕਰਕੇ ਕੱਲ ਉਹ ਦੁਖਦਾਈ ਘਟਨਾ ਹੋਈ ਔਰ ਉਸ ਨੂੰ ਲੈਂਦਿਆਂ ਹੋਇਆਂ ਸਾਡੀ ਸਰਕਾਰ ਨੇ ਬਹੁਤ ਸਖਤ ਨੋਟਿਸ ਲਿਆ ਉਸ ਦੇ ਖਿਲਾਫ ਕਾਰਵਾਈ ਸ਼ੁਰੂ ਹੋਈ ਹੈ ਔਰ ਮੌਕੇ ਤੇ ਪਹੁੰਚਦਿਆਂ ਹੀ ਸਾਡੀ ਸਰਕਾਰ ਨੇ ਨਨਕਾਨਾ ਸਬ ਦੀ ਐਡਮਿਨਿਸਟ੍ਰੇਸ਼ਨ ਨੇ ਬਾਕੀ ਜੋ ਕਰਤਾ ਦਰਤਾ ਲੋਕ ਸਨ ਉਹਨਾਂ ਨੇ ਉਸ ਚੀਜ਼ ਨੂੰ ਵਾਈਂਡ ਅਪ ਕੀਤਾ ਵਾਈਂਡ ਅਪ ਕਰਨ ਦੀ ਕੋਸ਼ਿਸ਼ ਕੀਤੀ ਔਰ ਹਾਂ ਅੱਧੇ ਜਾਂ ਪੌਨੇ ਘੰਟੇ ਦੇ ਵਿੱਚ ਉਹ ਸਾਰੇ ਮਸਲੇ ਨੂੰ ਸੌਲਟ ਆਊਟ ਕੀਤਾ ਲੇਕਿਨ ਉਸ ਨੂੰ ਲੈਂਦਿਆਂ ਹੋਇਆਂ ਬਹੁਤ ਨੈਗੇਟਿਵ ਪ੍ਰੋਪਾਗੈਂਡਾ ਹੋਇਆ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਪਿਛਲੇ 2 ਮਹੀਨੇ ਤੋਂ ਕਰਤਾਰਪੁਰ ਸਾਬ ਲਾਂਗਾ ਖੁੱਲਿਆ ਹੈ ਔਰ ਸਾਡੀਆਂ ਪੂਰੀ ਦੁਨੀਆ ਦੀ ਗੁਰਸਿੱਖ ਸੰਗਤਾਂ ਇਸ ਪਵਿੱਤਰ ਧਰਤੀ ਤੇ ਆ ਕੇ ਦਰਸ਼ਨ ਕਰ ਰਹੀਆਂ ਹਨ ਔਰ ਇੱਥੇ ਆ ਕੇ ਦੇਖ ਰਹੀਆਂ ਹਨ ਕਿ ਮੁਸਲਮਾਨ ਵੀਰ ਸਾਡੀ ਸਿੱਖ ਕੌਮ ਨੂੰ ਸਾਡੀ ਸਿੱਖਾਂ ਨੂੰ ਸਾਡੇ ਸਿੱਖ ਸੰਗਤ ਨੂੰ ਕਿੰਨਾ ਪਿਆਰ ਦੇ ਰਹੇ ਹਨ ਸੈਲਫੀਆਂ ਬਣਾਉਂਦੇ ਹਨ ਉਹਨਾਂ ਨੂੰ ਦੇਖਣ ਵਾਸਤੇ ਉਹਨਾਂ ਨੂੰ ਮਿਲਣ ਵਾਸਤੇ ਤੜਪਦੇ ਹਨ ਔਰ ਅਕਸਰ ਤਾਂ ਐਸਾ ਵੀ ਹੁੰਦਾ ਹੈ ਕਿ ਜਦੋਂ ਮਾਰਕੀਟੇ ਜਾਂਦੇ ਹਨ ਸਾਡੀ ਸੰਗਤ ਕੋਈ ਚੀਜ਼ ਲੈਂਦੀ ਹੈ ਕੋਲਡਿੰਗ ਪਿੰਦੀ ਹੈ ਜਾਂ ਕੋਈ ਚੀਜ਼ ਸ਼ਾਪਿੰਗ ਕਰਦੀ ਹੈ ਤੇ ਸਾਡੇ ਕਈ ਮੁਸਲਮਾਨ ਵੀਰ ਉਹਨਾਂ ਨੂੰ ਕਹਿੰਦੇ ਨੇ ਜੀ ਭਾਈ ਸਾਹਿਬ ਨਹੀਂ ਮਿਹਰਬਾਨੀ ਤੁਸੀਂ ਤੁਹਾਡੇ ਕੋਲ ਅਸੀਂ ਪੈਸੇ ਨਹੀਂ ਲੈਣੇ ਤੁਸੀਂ ਸਾਡੇ ਸਿੱਖ ਭਰਾ ਹੋ ਸਾਡੇ ਵੀਰ ਹੋ ਤੇ ਜੋ ਮੁਸਲਮਾਨ ਤੇ ਸਿੰਘ ਦੀ ਸਾਂਝ ਚੱਲ ਰਹੀ ਹੈ ਜੋ ਕਰਤਾਰਪੁਰ ਸਵਰਗੇ ਪੋਜੀਟਿਵ ਸਟੈਪ ਉਠਾਏ ਗਏ ਹਨ ਵਿੱਚ ਕਈ ਅਸੀ ਤਾਕਤਾਂ ਹਨ ਜੋ ਨਹੀਂ ਚਾਹਦੀਆਂ ਕਿ ਮੁਸਲਮਾਨ ਤੇ ਪਿਆਰ ਸਿੱਖ ਦਾ ਪਿਆਰ ਹੋਵੇ ਪਾਕਿਸਤਾਨ ਤੇ ਸਿੱਖ ਦਾ ਪਿਆਰ ਹੋਵੇ ਤੇ ਇਹੋ ਜੇ 네ਗੇਟਿਵ ਪ੍ਰੋਪਾਗੈਂਡ ਕਰਦੇ ਹਨ ਔਰ ਇੰਡੀਵਿਜੂਅਲ ਇੱਕ ਬੰਦੇ ਦੀ ਵਜ੍ਹਾ ਤੋਂ ਅਸੀਂ ਪੂਰੀ ਕੌਮ ਨੂੰ ਜੋ ਹੈ ਗਲਤੀ ਨਹੀਂ ਦੇ ਸਕਦੇ ਕਿ ਪੂਰੀ ਕੌਮ ਦੀ ਗਲਤੀ ਹੈ ਉਹ ਇੱਕ ਇੰਡੀਵਿਜੂਅਲ ਇੱਕ ਬੰਦੇ ਦੀ ਵਜ੍ਹਾ ਤੋਂ ਹੋਇਆ ਹੈ ਸੋ ਉਸ ਦੇ ਅਸੀਂ ਉਸ ਦੇ ਆ ਸਾਡੇ ਪੂਰੇ ਪਾਕਿਸਤਾਨ ਦੀ ਜੋ ਸਰਕਾਰ ਹੈ ਪਾਕਿਸਤਾਨ ਦੀ ਜੋ ਆਵਾਮ ਹੈ ਉਸ ਦੇ ਖਿਲਾਫ ਬੋਲ ਰਹੀ ਹੈ ਕਿ ਜੋ ਉਸ ਬੰਦੇ ਨੇ ਕੀਤਾ ਉਹ ਗਲਤ ਕੀਤਾ ਨਹੀਂ ਹੋਣਾ ਚਾਹੀਦਾ ਸੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਹੀ ਕੋਸ਼ਿਸ਼ ਕਰਨੀ ਹੈ ਕਿ ਜਿਵੇਂ ਕਰਤਾਰਪੁਰ ਸਾਹਿਬ ਲਾਂਗੇ ਵਰਗੇ ਪੋਜ਼ਿਟਿਵ ਸਟੈਪ ਹੋਏ ਨੇ ਮੁਸਲਮਾਨ ਤੇ ਸਿੱਖ ਦੀ ਸਾਂਝ ਹੋਈ ਹੈ ਪਾਕਿਸਤਾਨ ਤੇ ਸਿੱਖ ਦੀ ਸਾਂਝ ਹੋਈ ਹੈ ਇਸ ਨੂੰ ਅਸੀਂ ਕਿ ਕੰਟੀਨਿਊ ਕਰਨਾ ਹੈ ਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਦੀ ਕੀਫਤ